ਅਸੀਂ ਪਠਾਨਕੋਟ ਵੀਕਲੀਟ ਗਰੁੱਪ ਦੇ ਸਾਰੇ ਇੰਪਲਾਈ ਹਾਂ। ਅਸੀਂ ਪਿਛਲੇ 2 ਮਹੀਨਿਆਂ ਤੋਂ ਸਾਡੀ ਜਿਹੜੀਆਂ ਸੈਲਰੀਆਂ ਵਾ ਉਹ ਰੋਕ ਦਿੱਤੀਆਂ ਗਈਆਂ। ਅੱਜ ਵੀ ਜਦੋਂ ਅਸੀਂ ਕੰਮ ਕਰਦੇ ਪਏ ਹਾਂ ਪਿਛਲੇ 5-6 ਦਿਨਾਂ ਤੋਂ, ਸਾਨੂੰ ਕਹਿੰਦੇ ਕਿ ਤੁਹਾਡੀ ਸੈਲਰੀ ਕੋਈ ਗੱਲ ਨਹੀਂ, ਤੁਸੀਂ ਕੰਮ ਕਰੋ, ਅਸੀਂ ਦੇ ਜਲਦੀ ਦੇ ਦਿਆਂਗੇ। ਪਰ ਅੱਜ ਦੀ 9 ਤਰੀਕ ਹੋ ਗਈ, ਅੱਜ ਹਾਂ 7 ਤਰੀਕ ਨੂੰ ਸਾਡੀ ਜਿਹੜੀ ਸੈਲਰੀ ਆ ਉਹ ਪਾ ਦਿੱਤੀ ਜਾਂਦੀ ਹੈ, ਪਰ ਹਾਲੇ ਤੱਕ ਸੈਲਰੀ ਨਹੀਂ ਪਾਈ ਗਈ ਸਾਡੀ। ਅਤੇ ਸਾਡੀ ਵੀਕਲੀਟ ਤੋਂ ਇਹੀ ਡਿਮਾਂਡ ਹੈ ਕਿ ਸਾਡੀ ਜਿਹੜੀ ਸੈਲਰੀਆਂ ਉਹ ਸਾਨੂੰ ਦਿੱਤੀ ਜਾਣ, ਪਲੱਸ ਸਾਡੇ ਜਿਹੜੇ ਇਨਸੈਂਟਿਵ ਪਾਲਿਸੀ ਜਿਹੜੀ ਹੈ ਪਿਛਲੇ ਦਸੰਬਰ ਮਹੀਨੇ ਤੋਂ ਪੈਂਡਿੰਗਾਂ ਪਈਆਂ ਉਹ ਵੀ ਸਾਨੂੰ ਨਾਲ ਦਿੱਤੇ ਜਾਣ। ਸਰ ਮੇਰਾ ਨਾਂ ਸੁਖਪਾਲ ਹੈ, ਮੈਂ ਪਿਛਲੇ 4 ਸਾਲ ਤੋਂ ਇੱਥੇ ਵੀਕਲੀਟ ਕੰਮ ਕਰ ਰਿਹਾ। ਸਰ ਅਸੀਂ ਲਾਸਟ 15 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹਾਂ 50% ਸਟਾਫ ਨਾਲ, ਅਤੇ ਕੰਮ ਉਨਾ ਹੀ ਆ। ਅਸੀਂ 2-2 ਬੰਦਿਆਂ ਦਾ ਇਕੱਲਾ ਜਿਹੜਾ ਕੰਮ ਕਰਨ ਡੇ, ਅਸੀਂ ਕਿਉਂ ਕੰਮ ਕਰਨ ਡੇ ਹਾਂ ਕਿ ਸਾਨੂੰ ਸੈਲਰੀ ਮਿਲੇਗੀ, ਸਾਨੂੰ ਕੋਈ ਹੋਪ ਹੈ ਇੱਥੋਂ, ਅਸੀਂ ਤਾਂ ਕਰਨ ਡੇ ਹਾਂ। ਅਤੇ ਜਦੋਂ 7 ਤਰੀਕ ਹੋ ਗਈ ਅੱਜ ਤੱਕ ਕੋਈ ਸੈਲਰੀ ਦਾ ਨਾਂ ਥੇ ਨਹੀਂ, ਨਾ ਇਨਸੈਂਟਿਵ ਦੀ ਤਾਂ ਗੱਲ ਹੀ ਛੱਡ ਦਿਓ, ਜਿਹੜੀ ਬੇਸਿਕ ਸੈਲਰੀ ਆ ਉਹ ਹੀ ਦਿੱਤੀ ਜਾ ਰਹੀ। ਅਤੇ ਜਦੋਂ ਸਾਨੂੰ ਪੈਸੇ ਨਹੀਂ ਮਿਲਣੇ ਤਾਂ ਅਸੀਂ ਹੜਤਾਲ ਨਾ ਕਰੀਏ ਤਾਂ ਕੀ ਕਰੀਏ ਹੋਰ। ਅਸੀਂ ਇਹਨਾਂ ਨੂੰ ਦੱਸਿਆ ਕਿ ਸਾਰਾ ਡੀਆ ਪ੍ਰੋਬਲਮ ਹੈ, ਚਲੋ ਕਰੋ ਕੰਮ, ਕੋਈ ਨਹੀਂ ਹੁੰਦਾ ਹੱਲ, ਹੁੰਦਾ ਹੱਲ। 7 ਤਰੀਕ ਨੂੰ ਸਾਰਾ ਨੂੰ ਹੋਪ ਸੀ ਕਿ ਚਲੋ ਕੁਛ ਨਾ ਕੁਛ ਤਾਂ ਦੇਣਗੇ, ਅਜੇ ਤੱਕ ਕੋਈ ਪੈਸਾ ਨਹੀਂ ਆਇਆ। ਅੱਜ 9 ਤਰੀਕ ਹੋ ਗਈ ਹੈ, ਅਸੀਂ ਕਹਿ ਕਹਿ ਕੇ ਥੱਕ ਗਏ, ਅਸੀਂ ਹੜਤਾਲ ਨਾ ਕਰੀਏ ਤਾਂ ਹੋਰ ਕੀ ਕਰੀਏ। ਸਾਡੀ ਇਹੋ ਮੰਗ ਹੈ ਕਿ ਛੇਤੀ ਤੋਂ ਛੇਤੀ ਸਾਡਾ ਕੋਈ ਸਲੂਸ਼ਨ ਕਰੋ। ਸਾਨੂੰ ਨਹੀਂ ਕੋਈ ਸ਼ੌਂਕ ਹੈਗਾ ਕਿ ਅਸੀਂ ਹੜਤਾਲ ਕਰੀਏ, ਅਸੀਂ ਪਿਛਲੇ 2-2 ਮਹੀਨਿਆਂ ਤੋਂ ਵਿਹਲੇ ਬੈਠੇ ਘਰ, ਸਾਨੂੂੰ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਇੱਦਾਂ ਦਾ ਕੰਮ ਕਰੀਏ। ਸਾਨੂੰ ਹੋਪ ਹੈ ਕੰਪਨੀ ਤੋਂ, ਅਸੀਂ ਕੰਪਨੀ ਨਾਲ ਜੁੜੇ ਹਾਂ, ਕੰਪਨੀ ਵੀ ਸਾਡਾ ਸੋਚੇ ਨਾ। ਜੇ ਇੰਪਲੋਈ ਆਪਣਾ ਸਾਰਾ ਕੁਝ ਦੇ ਰਿਹਾ, ਅਸੀਂ ਜਾਨ ਜੋਖਮ 'ਚ ਰੱਖ ਕੇ ਕੰਮ ਕਰਨ, ਤੁਹਾਨੂੰ ਪਤਾ ਕਰੋਨਾ ਵਾਇਰਸ ਚੱਲਣ ਡਿਆ, ਕੋਈ ਇੱਥੇ ਸੈਨੇਟਾਈਜੇਸ਼ਨ ਦਾ ਸਿਸਟਮ ਨਹੀਂ, ਕਹਿ ਰਹੇ ਕੋਈ ਗੱਲ ਨਹੀਂ, ਜਿੱਦਾਂ ਵੀ ਅਸੀਂ ਕਰਨ ਡੇ ਕੰਮ। ਜਦੋਂ ਸੈਲਰੀ ਨਹੀਂ ਮਿਲਣੀ ਤਾਂ ਬੰਦਾ ਕਿਉਂ ਆਪਣੀ ਜਾਨ ਜੋਖਮ 'ਚ ਜਾਏ, ਕਿਉਂ ਡਬਲ ਬੰਦਿਆਂ ਦਾ ਕੰਮ ਕਰੇ? ਅਸੀਂ ਕਹਿੰਦੇ ਅਸੀਂ ਡਬਲ ਦਾ ਵੀ ਕਰਾਂਗੇ, ਸਾਨੂੰ ਪੈਸੇ ਤਾਂ ਦਿਓ, ਜਦੋਂ ਪੈਸੇ ਨਹੀਂ ਮਿਲਦੇ ਤਾਂ ਕੀ ਫਾਇਦਾ ਸਰ ਕੰਮ ਕਰਨ ਦਾ? ਕਿ ਬਈ ਸਾਰੇ ਇੰਪਲਾਈਜ਼ ਸਪੌਂਸਰ ਬੁਲਾਇਆ ਔਰ ਵੀ ਹੈਵ ਨੋਟਡ ਦੇਅਰ ਰਿਕੁਆਇਰਮੈਂਟ, ਔਰ ਰਿਕੁਆਇਰਮੈਂਟ ਜੋ ਵੀ ਹੈ ਡੀਲਰਸ਼ਿਪ ਨੂੰ ਭੇਜ ਰਹੇ ਹੈ, ਔਰ ਡੀਲਰਸ਼ਿਪ ਉਹਦੇ ਉੱਤੇ ਮੋਸਟ ਲਾਈਕਲੀ ਵੀ ਵਿਲ ਟਰਾਈ ਆਵਰ ਬੈਸਟ, ਜਿਤਨਾ ਵੀ ਹੋ ਜਾਏਗਾ ਉਹ ਰਿਕੁਆਇਰਮੈਂਟ ਵਗੈਰਾ ਜੋ ਹੈ ਜਿਹਨੂੰ ਸਭ ਮੰਨੀ ਜਾਏਗੀ, ਠੀਕ ਹੈ ਜੀ। ਪਰ ਇੰਪਲਾਈ ਜੋ ਹੈ ਅੰਦਰ ਆ ਕੇ ਇੱਕ ਵਾਰ ਬਾਤ ਸੁਣੇ, ਅਗਰ ਬਾਹਰ ਇਹ ਬਾਤ ਇੱਦਾਂ ਹੀ ਕਰਦੇ ਆ, ਬਾਹਰ ਬੈਠੇ ਆ, ਅੰਦਰ ਨਹੀਂ ਆਉਣੇ ਚਾਹੀਦੇ, ਅਤੇ ਪਰਫੋਰਸਲੀ ਆਈ ਵੈਲ ਹੈਵ ਟੂ ਸ਼ਟ ਡਾਊਨ ਦੀ। ਜੀਮ ਸਾਹਿਬ ਉਹਨਾਂ ਦਾ ਹਿਸਾਬ ਇਹ ਆ ਕਿ 2 ਮਹੀਨੇ ਦੀ ਸੈਲਰੀ ਆ, ਅੱਜ ਦਾ ਇਸ਼ੂ ਨਹੀਂ ਹੈਗਾ ਇਹ। ਸਾਰੇ 2 ਮਹੀਨੇ ਜੋ ਸੈਲਰੀ ਹੈ, 2 ਮਹੀਨੇ ਡੀਲਰਸ਼ਿਪ ਬੰਦ ਰਹੀ ਹੈ, ਸਭ ਕੁਝ ਪਤਾ ਹੈ, ਆਪਕੋ ਵੀ ਪਤਾ ਹੈ ਕਿ ਵੀ ਜੋ 2 ਮਹੀਨੇ ਡੀਲਰਸ਼ਿਪ ਬੰਦ ਰਹੀ ਹੈ, ਪਰ ਉਸ ਤੋਂ ਬਾਅਦ ਦੇ ਵਿੱਚ 10 ਦਿਨ ਹੋ ਗਏ ਖੁੱਲ੍ਹੀ ਨੂੰ, ਸਾਰੀਆਂ ਚੀਜ਼ਾਂ ਹੋ ਰਹੀਆਂ। ਔਰ ਇਹ ਜੋ ਜਿਨ੍ਹਾਂ ਨੇ ਜਿਹੜੀ ਮਈ ਮਹੀਨੇ ਦਾ ਜਦੋਂ ਤੋਂ ਖੁੱਲ੍ਹੀ ਹੈ, ਉਹ 2 ਵਜੇ ਤੱਕ ਇਹਨਾਂ ਦੀ ਕ੍ਰੈਡਿਟ ਹੋ ਜਾਏਗੀ, ਅੱਜ ਹੋ ਜਾਏਗੀ ਕ੍ਰੈਡਿਟ। ਤੇ ਫਿਰ ਉਸਕੇ ਬਾਅਦ ਵੀ ਅਗਰ ਬੋਲਦੇ ਆ ਕਿ ਵੀ ਅਸੀਂ ਮੰਨ ਲਓ ਅੱਜ 2 ਵਜੇ ਤੱਕ ਕ੍ਰੈਡਿਟ ਨਹੀਂ ਹੁੰਦੀ, ਫਿਰ ਇਹ ਤੁਹਾਡਾ ਔਨ ਰਿਕਾਰਡਡ ਆ। ਹਾਂ, ਸਾਡਾ ਔਨ ਰਿਕਾਰਡਡ ਹੈ, ਕ੍ਰੈਡਿਟ ਨਹੀਂ ਹੁੰਦਾ। ਭਾਜੀ 1 ਵਜ ਗਿਆ, ਰੱਖ ਸਕਦੇ ਦੁਬਾਰਾ? ਹਾਂ ਹਾਂਜੀ, ਫਿਰ ਰੱਖ ਸਕਦੇ ਦੁਬਾਰਾ? 2 ਵਜੇ ਤੱਕ ਕ੍ਰੈਡਿਟ ਨਹੀਂ ਹੁੰਦਾ? ਨਹੀਂ, 2 ਵਜੇ ਤੱਕ ਦੇਖੋ ਕਲੈਰੀਕਲ ਕੰਮ ਹੈ, ਪਰ ਜੋ ਮੈਨੂੰ ਕਮਿਟਮੈਂਟ ਮਿਲਿਆ 2 ਵਜੇ ਤੱਕ ਕ੍ਰੈਡਿਟ ਹੋ ਜਾਏਗੀ, 2 ਵਜੇ ਹੋ ਜਾਏਗੀ, 3 ਵਜੇ ਕ੍ਰੈਡਿਟ ਅੱਜ ਹੋ ਜਾਏਗੀ। ਇਹੋ ਹੀ ਚੀਜ਼ ਸੋ ਇਹਨਾਂ ਨੂੰ ਜੋ ਵੀ ਅੱਜ ਤੱਕ ਕ੍ਰੈਡਿਟ ਨਹੀਂ ਹੁੰਦੀ, ਨਹੀਂ ਹੁੰਦੀ। ਜਿਸ ਵੇਲੇ ਤੋਂ ਤੁਸੀਂ ਆਪਣਾ ਦੇਖੋ ਲੋਕਤੰਤਰ ਦਾ ਹੱਕ, ਆਪਣੀ ਆਵਾਜ਼ ਹਰ ਕਿਹੜਾ ਹੱਕ ਹੈਗਾ। ਪਰ ਇੱਕ ਚੀਜ਼ ਹੈ ਸਰ, ਲੋਕਤੰਤਰ 'ਚ ਬਾਤ ਸੁਣਨੀ ਤਾਂ ਪਏਗੀ ਨਾ, ਅਤੇ ਨਹੀਂ ਸੁਣਨੀ ਪਏਗੀ। ਮੈਂ ਇਸੇ ਕਰਕੇ ਤਾਂ ਇਹਨਾਂ ਨੂੰ ਰਿਕੁਐਸਟ ਕਰ ਰਿਹਾ। ਉਹਨਾਂ ਨੇ ਕਹੀ ਆ ਵੀ ਨਾ ਸੈਨੇਟਾਈਜ਼ਰ ਅੰਦਰ ਨੂੰ ਸਾਨੂੰ ਦਿੱਤੇ ਗਏ, ਨਾ ਮਾਸਕ ਦਿੱਤੇ ਗਏ, ਨਾ ਮਾਸਕ ਇੱਕ ਤੁਹਾਡੇ ਸਾਹਮਣੇ ਸਾਰਿਆਂ ਨੇ ਕਿਹਾ। ਨਹੀਂ, ਸਿਰਫ ਮਾਸਕ ਇੱਕ ਆ, ਮੈਂ ਵੀ ਪਹਿਨਿਆ ਹੋਇਆ, ਆ ਦੇਖ ਲਓ, ਮੇਰਾ ਵੀ ਆਪਣਾ ਬਣਿਆ ਹੋਇਆ। ਹਾਂ, ਵੀ ਵਿਲ ਟੇਕ ਅਪ ਵਿਦ ਦੀ ਡੀਲਰਸ਼ਿਪ, ਮੈਂ ਵੀ ਮਾਸਕ ਚਾਹੀਦੇ ਆ, ਬਾਕੀ ਸੈਨੇਟਾਈਜ਼ਰ ਆਓ, ਮੈਂ ਆਪਕੋ ਦਿਖਾਤਾ ਹੂੰ ਕਿਤਨਾ ਆਪਣੇ ਪਾਸ ਪਿਆ ਹੈ, ਔਰ ਜੋ ਪੱਕਾ ਗੇਟ ਦੇ ਉੱਤੇ ਤੁਸੀਂ ਖੁਦ ਦੇਖ ਸਕਦੇ ਹੋ, ਕੀਤਾ ਹੋਇਆ ਸਭ ਜਗ੍ਹਾ ਹੈ।